ਸਤਿ ਸ਼੍ਰੀ ਅਕਾਲ ਜੀ। ਸੀਪੀ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਵੀਕ 7 ਦੀ ਆ ਜਿਹੜੀ ਸਾਡੇ ਕੋਲ ਪ੍ਰੈਕਟਿਸ ਸ਼ੀਟ ਆਈ ਹੈ ਮੈਥਸ ਦੀ, ਤਾਂ ਅੱਜ ਅਸੀਂ 6th ਕਲਾਸ ਦੀ ਜਿਹੜੀ ਸੀਪੀ ਦੀ ਪ੍ਰੈਕਟਿਸ ਸ਼ੀਟ ਆਈ ਹੈ ਵੀਕ 7 ਦੀ, ਉਹਨੂੰ ਸੋਲਵ ਕਰ ਰਹੇ ਹਾਂ। ਤਾਂ ਇਹਦੇ ਵਿੱਚ ਕਲਾਸ 6th ਹੈ ਜੀ, ਵੀਕਲੀ ਪ੍ਰੈਕਟਿਸ ਸ਼ੀਟ 7 ਡੈਸੀਮਲਸ ਐਂਡ ਫਿਗਰ ਪੈਟਰਨਸ ਦੇ ਉੱਪਰ ਹੈ। ਤਾਂ ਇਹਦੇ ਵਿੱਚ ਪ੍ਰੈਪਰੇਟਰੀ ਕੰਪੀਟੈਂਸੀ 1.2M ਮੈਥਸ ਹੈ, ਜਿਹਦੇ ਵਿੱਚ ਰੀਪ੍ਰਜੈਂਟ ਐਂਡ ਕੰਪੇਅਰ ਕੋਮਨਲੀ ਯੂਜ ਫਰੈਕਸ਼ਨ ਇਨ ਡੇਲੀ ਲਾਈਫ, ਜਿਹੜੇ ਡੇਲੀ ਲਾਈਫ ਦੇ ਵਿੱਚ ਜਿਹੜੇ ਫਰੈਕਸ਼ਨ ਅਸੀਂ ਯੂਜ਼ ਕਰਦੇ ਹਾਂ, ਯੂਨਿਟ ਹੋਲ ਐਜ ਲੋਕੇਸ਼ਨ ਔਨ ਨੰਬਰ ਲਾਈਨ ਐਜ ਡਿਵੀਜ਼ਨ ਔਫ ਹੋਲ ਨੰਬਰ। ਇਹਦੇ 'ਚ ਜਿਹੜਾ ਅਸੀਂ ਫਰੈਕਸ਼ਨ ਦਾ ਕੋਨਸੈਪਟ ਕਰਾਂਗੇ, ਜਿਹਦੇ ਉੱਪਰ 1 to 3 ਕੁਐਸਚਨ ਬਣਾਏ ਗਏ ਨੇ, ਫਿਰ ਇਹਦੇ 'ਚ ਡੈਸੀਮਲਸ ਦੇ ਉੱਪਰ ਜਿਹੜੀ ਮਿਡਲ ਕੰਪੀਟੈਂਸੀ 1.6M ਫੋਰ ਮੈਥਮੈਟਿਕਸ ਹੈ, ਇਹਦੇ 'ਚ ਐਕਸਪਲੋਰ ਕਰਾਂਗੇ ਫਰੈਕਸ਼ਨਸ ਦਾ, ਜਿਹਦੇ ਕੁਐਸਚਨ ਨੰਬਰ 4 to 11 ਹੈ। ਔਰ ਫਿਰ ਪ੍ਰੈਪਰੇਟਰੀ ਕੰਪੀਟੈਂਸੀ 2.4M ਮਤਲਬ ਮੈਥਮੈਟਿਕਸ, ਡਿਸਕਵਰ ਰੈਕੋਗਨਾਈਜ਼ ਡਿਸਕ੍ਰਾਈਬ ਐਂਡ ਐਕਸਟੈਂਡ ਪੈਟਰਨ ਇਨ 2D ਐਂਡ 3D, ਫਿਗਰ ਪੈਟਰਨ ਦੀ ਗੱਲ ਕਰਾਂਗੇ 12 to 15 ਨੰਬਰ ਕੁਐਸਚਨਸ ਦੇ ਵਿੱਚ। ਤਾਂ ਇਹ ਜਿਹੜਾ ਹੈ ਆਪਣੀ ਸ਼ੀਟ CEP ਦੀ, ਉਹਨੂੰ ਅਸੀਂ ਸੋਲਵ ਕਰਾਂਗੇ। ਤਾਂ ਬੱਚੇ ਉਹ ਬੜੇ ਧਿਆਨ ਨਾਲ ਇਹਨੂੰ ਦੇਖਿਆ ਜੋ ਕਿ ਕਿਵੇਂ ਕੁਐਸਚਨ ਨੂੰ ਸੋਲਵ ਕਰਨਾ, ਔਰ ਸੋਲਵ ਕਰਨ ਲੱਗਿਆ ਜੋ ਮੈਥਡ ਆਪਾਂ ਯੂਜ਼ ਕਰਾਂਗੇ, ਦੈਟ ਇਜ਼ ਕਿ ਕਿਵੇਂ ਓਬਜੈਕਟਿਵ ਕੁਐਸਚਨ ਨੂੰ ਹੈਂਡਲ ਕਰਨਾ ਕਿ ਉਹ ਕੁਐਸਚਨ ਜਲਦੀ ਤੋਂ ਜਲਦੀ ਸੋਲਵ ਹੋਣ। ਕੰਪੀਟੀਟਿਵ ਐਗਜ਼ਾਮ ਦੇ ਵਿੱਚ ਸਾਡੇ ਕੁਐਸਚਨ ਘੱਟ ਟਾਈਮ ਵਿੱਚ ਸੋਲਵ ਹੋਣੇ ਚਾਹੀਦੇ ਹੈ, ਤਾਂ ਉਹਨਾਂ 'ਤੇ ਵਰਕ ਕਰਾਂਗੇ। ਤਾਂ ਜੇ ਆਪਾਂ ਦੇਖੀਏ ਸਾਡਾ ਜਿਹੜਾ ਪਹਿਲਾ ਕੁਐਸਚਨ ਹੈ, ਪਹਿਲਾ ਕੁਐਸਚਨ ਦੇਖਦੇ ਹਾਂ ਜੀ। ਤਾਂ ਪਹਿਲੇ ਕੁਐਸਚਨ ਦੇ ਵਿੱਚ 8 ਕੇਲੇ 1 ਦਰਜਨ ਕੇਲਿਆਂ ਦੀ ਕਿਹੜੀ ਭਿੰਨ ਹੈ? ਜਿਹੜੇ 8 ਕੇਲੇ ਹੈ, 8 ਕੇਲੇ ਕਿੰਨਿਆਂ ਦਾ? 1 ਦਰਜਨ ਦਾ। 1 ਦਰਜਨ ਵਿੱਚ ਕਿੰਨੇ ਹੁੰਦੇ ਆ? 12। ਤਾਂ 8 ਕੇਲੇ 12 ਕੇਲਿਆਂ ਦੀ ਕਿਹੜੀ ਭਿੰਨ ਹੈ? ਜਦੋਂ ਇਹਨੂੰ ਕੱਟਾਂਗੇ ਤਾਂ 2/3 ਆ ਜਾਏਗਾ। ਕਿੰਨਾ ਆ ਜਾਏਗਾ? 2/3। ਤਾਂ ਬਿਲਕੁਲ ਆਸਾਨ ਜਿਹਾ ਕੁਐਸਚਨ ਹੈ, ਤੈਂਦੇ ਲਈ ਕੋਈ ਟ੍ਰਿਕ ਦੀ ਲੋੜ ਨਹੀਂ, ਬਿਲਕੁਲ ਆਸਾਨੀ ਨਾਲ ਸੋਲਵ ਹੋ ਗਿਆ। ਦੂਸਰਾ, ਹੇਠ ਦਿੱਤੀ ਸੰਖਿਆ ਰੇਖਾ ਤੇ ਬਿੰਦੂ PRS ਲਈ P+R+S ਦਾ ਮੁੱਲ ਕੀ ਹੋਏਗਾ? ਹੁਣ ਦੇਖੋ, ਆਹ 0 ਹੈ, ਆਹ 1 ਹੈ। ਜਿਹੜਾ S ਹੈ, S ਉਹ ਤਾਂ ਲਗਭਗ 1 ਦੇ ਨੇੜੇ ਹੈ, ਤੇ ਉਹਦੇ 'ਚ R ਵੀ ਪਲੱਸ ਕਰਨਾ ਹੈ, P ਵੀ ਪਲੱਸ ਕਰਨਾ ਹੈ, ਦੈਟ ਮੀਨ ਸਾਡਾ ਆਂਸਰ 1 ਤੋਂ ਜ਼ਿਆਦਾ ਜਾਏਗਾ। ਤਾਂ 1 ਤੋਂ ਜ਼ਿਆਦਾ ਵਾਲੀ ਇੱਕੋ ਆਪਸ਼ਨ ਹੈ, ਤਾਂ ਸਾਡਾ ਆਂਸਰ ਕੀ ਆ ਜਾਏਗਾ? 1/3/5। ਜੇ ਕਰਨਾ ਤਾਂ ਪੂਰਾ ਵੀ ਕਰ ਸਕਦੇ ਹੋ, ਜਿਵੇਂ ਤੁਸੀਂ ਸਬਜੈਕਟਿਵ ਕਰਦੇ ਹੋ, 1, 2, 3, 4/5 ਲਿਖ ਕੇ ਜੇ ਪੂਰਾ ਕੁਐਸਚਨ ਕਰਨਾ ਹੋਵੇ ਪੂਰਾ ਵੀ ਕਰ ਸਕਦੇ ਹੋ। ਓਬਜੈਕਟਿਵ ਅਪਰੋਚ ਨਾਲ ਇਸ ਦਾ ਆਂਸਰ ਬੜੀ ਜਲਦੀ ਆ ਜਾਏਗਾ ਜੀ। ਨੈਕਸਟ ਦੇਖਦੇ ਹਾਂ ਜੀ, ਜਿਹੜਾ ਸਾਡਾ ਤੀਸਰਾ ਕੁਐਸਚਨ ਹੈ, ਦਿੱਤੀ ਗਈਆਂ ਭਿੰਨਾਂ ਵਿੱਚ 2/5 ਤੁਲ ਭਿੰਨ ਕਿਹੜਾ ਹੈ? ਤਾਂ ਚਲੋ ਦੇਖਦੇ ਹਾਂ ਜੀ ਇਸ ਕੁਐਸਚਨ ਨੂੰ। ਦਿੱਤੀਆਂ ਗਈਆਂ ਭਿੰਨਾਂ ਵਿੱਚ 2/5 ਦਾ ਤੁਲ ਭਿੰਨ ਕਿੰਨਾ? ਹੁਣ ਦੇਖੋ, 2/5 ਨਾ ਆਦੀ ਸਮੋਲੈਸਟ ਫੋਰਮ ਵਿੱਚ ਹੈ, ਕੈਂਸਲ ਨਹੀਂ ਹੁੰਦਾ। ਦੈਟ ਮੀਨ ਕੋਈ ਇਹੋ ਜਿਹੀਆਂ ਵੈਲਿਊ ਆਉਣਗੀਆਂ ਜਿਹੜੀਆਂ ਇਸ ਤੋਂ ਵੱਡੀਆਂ ਹੋਣਗੀਆਂ ਔਰ ਕੈਂਸਲ ਹੋਣਗੀਆਂ। ਆ 1/5 ਵੀ ਆਦੀ ਸਮੋਲੈਸਟ ਫੋਰਮ ਵਿੱਚ ਹੈ, 4/5 ਵੀ ਸਮੋਲੈਸਟ ਫੋਰਮ ਵਿੱਚ ਹੈ, 5/2 ਵੀ
ਕੱਟਿਆ ਹੋਇਆ ਪੂਰਾ, ਦੈਟ ਮੀਨ ਸਾਡਾ ਆਂਸਰ ਕੀ ਆਏਗਾ 6/15। ਚਾਹੇ ਕਰਕੇ ਦੇਖ ਲਓ, ਜਦੋਂ ਇਹਨੂੰ 3 ਦੇ ਪਹਾੜੇ ਤੇ ਕੱਟੋਗੇ ਤਾਂ 2/5 ਆ ਜਾਏਗਾ ਜੀ। ਨੈਕਸਟ ਦੇਖਦੇ ਹਾਂ, ਦਿੱਤੇ ਗਏ ਚਿੱਤਰ ਵਿੱਚ ਰੰਗਦਾਰ ਭਾਗ ਲਈ ਸਹੀ ਦਸ਼ਮਲਵ ਦੀ ਚੋਣ ਕਰਨੀ ਹੈ। ਤਾਂ ਦੇਖੋ ਜੀ, ਇਹ ਜਿਹੜਾ 10/10 ਹੈ, ਜਦੋਂ ਇਹਨੂੰ ਗਿਣੋਗੇ ਬੱਚਿਓ ਤਾਂ ਇਹ 10/10 ਹੈ। 10 ਇਸ ਤਰ੍ਹਾਂ ਨੇ ਔਰ 10 ਦੂਸਰੀ ਤਰ੍ਹਾਂ ਨੇ। ਦੇਖੋ ਇਹਨੂੰ, ਐਵੇਂ ਵੀ 10 ਬਣੇ ਹੋਏ ਆ, ਐਵੇਂ ਵੀ 10 ਬਣੇ ਹੋਏ ਆ। ਤਾਂ 10/10 ਦੈਟ ਮੀਨ 100 ਹੈਗੇ ਆ, ਔਰ 100 ਵਿੱਚੋਂ ਕਿੰਨੇ ਮਾਰਕ ਹੈ? 1, 2, 3, 4, 5, 6, 7। ਤਾਂ ਦੈਟ ਮੀਨ 7 ਮਾਰਕ ਨੇ ਕਿੰਨਿਆਂ ਚੋਂ? 100 ਚੋਂ। ਤਾਂ ਸਾਡਾ ਆਂਸਰ ਆ ਜਾਏਗਾ 0.07। ਆਂਸਰ ਕਿੰਨਾ ਆ ਜਾਏਗਾ ਜੀ? 0.07। ਬੱਚਿਓ ਮੈਨੂੰ ਦੱਸੋ ਕਿ ਇਹ ਚੀਜ਼ ਸਮਝ ਲੱਗ ਰਹੀ ਹੈ ਜਿਵੇਂ ਕੀਤੀ, ਔਰ ਓਬਜੈਕਟਿਵ ਅਪਰੋਚ ਜਿੱਥੇ ਲੱਗ ਰਹੀ ਹੈ ਤੁਹਾਨੂੰ ਨਾਲ ਨਾਲ ਦੱਸਾਂਗੇ ਕਿੱਥੇ ਓਬਜੈਕਟਿਵ ਅਪਰੋਚ ਦੇ ਨਾਲ ਜਲਦੀ ਆਂਸਰ ਕਰਦੇ ਜਾ ਸਕਦੇ ਆ। ਤਾਂ ਚਲੋ ਜੀ, ਨੈਕਸਟ ਤੇ ਚੱਲਦੇ ਆ। ਨੈਕਸਟ ਕੁਐਸਚਨ ਦੇਖਦੇ, ਕੁਐਸਚਨ ਨੰਬਰ 5। ਲੋ ਜੀ, ਕੁਐਸਚਨ ਨੰਬਰ 5 ਹੈ ਜੀ, ਪਿੰਨ 12/25 ਦਾ ਦਸ਼ਮਲਵ ਰੂਪ। ਹੁਣ ਆਪਸ਼ਨ ਦੇਖੋ, 12/25 ਹੈ, ਠੀਕ ਹੈ, 12/25 ਦੈਟ ਮੀਨ 12/25। ਹੁਣ ਦਸ਼ਮਲਵ ਬਣਾਉਣਾ ਹੈ, ਦੈਟ ਮੀਨ ਨੀਚੇ ਕਿੰਨਾ ਬਣਾਉਣਾ ਹੈ? 25 ਦਾ ਮਲਟੀਪਲ। ਜਿਹੜਾ 25 ਹੈ ਬੇਟਾ, ਇਹ 5 ਦੀ ਪਾਵਰ 2 ਹੈ, ਤਾਂ ਜਿੰਨੇ 5 ਹੋਣ ਓਨੇ ਹੀ 2 ਲਗਾਉਣੇ ਹੁੰਦੇ ਹੈ। ਤੈਨੂੰ 2 ਦੀ ਪਾਵਰ 2 ਦੈਟ ਮੀਨ 4 ਨਾਲ ਗੁਣਾ ਕਰੋ, ਜਿਸ ਨਾਲ ਇਹ 100 ਬਣ ਜਾਵੇ। ਡੈਸੀਮਲ ਵਾਸਤੇ 5 ਤੇ 2, 5 ਤੇ 2 ਬਰਾਬਰ ਚਾਹੀਦੇ ਹੁੰਦੇ ਬੇਟਾ। 25 5 ਦੀ ਪਾਵਰ 2 ਹੈ, ਇਹਨੂੰ 2 ਦੀ ਪਾਵਰ 2 ਨਾਲ ਗੁਣਾ ਕਰਨਾ ਹੈ, ਤਾਂ ਉੱਪਰ ਵੀ 4 ਲਗਾ ਦੋ, ਤਾਂ ਦੈਟ ਮੀਨ 48/100 ਕਿੰਨਾ ਬਣ ਗਿਆ? 0.48। ਤਾਂ ਆਂਸਰ ਕਿੰਨਾ ਆ ਜਾਏਗਾ? 0.48 ਇਸ ਦਾ ਆਂਸਰ ਆ ਜਾਏਗਾ। ਨੈਕਸਟ ਦੇਖੋ, ਹੇਠ ਦਿੱਤੀਆਂ ਸੰਖਿਆਵਾਂ ਚ x ਦਾ ਮੁੱਲ ਕੀ ਲੱਭਣਾ? ਤੁਸੀਂ ਸਿਰਫ x ਫਾਈਂਡ ਕਰਨਾ ਹੈ ਨਾ, ਤਾਂ x ਜਿਹੜਾ ਹੈ ਉਹ 1 ਤੇ 2 ਦੇ ਵਿੱਚ ਆਏਗਾ, ਦੈਟ ਮੀਨ ਇਹ ਆਂਸਰ ਤਾਂ ਆਉਣਾ ਹੀ ਨਹੀਂ, 1 ਤੇ 2 ਦੇ ਵਿੱਚ ਆਉਣਾ ਹੈ। ਔਰ ਕਿੰਨੇ ਹਿੱਸੇ ਕੀਤੇ ਹੈ? 1, 2, 3, 4। ਤਾਂ ਦੈਟ ਮੀਨ 3/4 ਹਿੱਸਾ ਆਉਣਾ ਹੈ, 3/4। 3/4 ਨੂੰ ਦਸ਼ਮਲਵ ਵਿੱਚ ਕਿੰਨਾ ਕਹਿੰਦੇ ਹੈ? 1.75 1.75 ਆਏਗਾ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਨੈਕਸਟ ਕੁਐਸਚਨ ਦੇਖਦੇ ਹਾਂ। ਹਾਂਜੀ, ਪੈਨ ਏ ਦਾ ਭਾਰ 21.6 ਗ੍ਰਾਮ ਹੈ, ਪੈਨ ਬੀ ਦਾ ਭਾਰ 21.58 ਹੈ। ਕਿਹੜੇ ਪੈਨ ਦਾ ਭਾਰ ਜ਼ਿਆਦਾ ਹੈ? ਜਦੋਂ ਦੋ ਚੀਜ਼ਾਂ ਨੂੰ ਕੰਪੇਅਰ ਕਰਨਾ ਹੋਵੇ ਬੱਚਿਓ, ਤੁਲਨਾ ਕਰਨੀ ਹੋਵੇ, ਤਾਂ ਉਹਨਾਂ ਦੇ ਦਸ਼ਮਲਵ ਬਰਾਬਰ ਕੀਤੇ ਜਾਣ। ਇਹ 21.6 ਲਿਖਿਆ ਹੋਇਆ, ਇਹ 21.58 ਲਿਖਿਆ, ਤਾਂ ਦਸ਼ਮਲਵ ਬਰਾਬਰ ਕਰ ਦੋ, ਪਿੱਛੇ 0 ਲਗਾ ਦੋ, ਫਿਰ ਸਾਨੂੰ ਪਤਾ ਲੱਗੇਗਾ 21.60 ਵੱਡਾ ਕਿ 21.58। ਇਹ ਬੇਟਾ 60 ਲਿਖਿਆ, ਇਹ 58 ਲਿਖਿਆ, ਦੈਟ ਮੀਨ ਇਹ ਵੱਡਾ ਹੈ 21.6। ਤਾਂ ਆਂਸਰ ਆ ਗਿਆ ਏ, 21.6 ਵੱਡਾ ਹੈ। ਇਸ ਤੋਂ ਬਾਅਦ ਦੇਖੀਏ, 6 ਕਿਲੋਗ੍ਰਾਮ 17 ਗ੍ਰਾਮ ਨੂੰ ਦਸ਼ਮਲਵ ਰੂਪ ਵਿੱਚ ਕਿੰਨੇ ਗ੍ਰਾਮ ਲਿਖਿਆ ਜਾਂਦਾ ਹੈ? ਤਾਂ ਬੇਟਾ 6 ਕਿਲੋਗ੍ਰਾਮ
6 ਕਿਲੋਗ੍ਰਾਮ ਦਾ ਮਤਲਬ ਇਹ ਹੁੰਦਾ 6 ਕਿਲੋਗ੍ਰਾਮ 6 ਕਿਲੋਗ੍ਰਾਮ ਵਿੱਚ ਕਿੰਨੇ ਗ੍ਰਾਮ ਹੁੰਦੇ ਆ 1000 ਹੁਣ ਤੁਸੀਂ ਉੱਥੇ ਕਿੰਨੇ ਲਿਖਣੇ ਆ 17 ਗ੍ਰਾਮ ਲਿਖਣੇ ਆ ਸਿਰਫ ਦੈਟ ਮੀਨਸ 17 ਗ੍ਰਾਮ ਤਾਂ ਐਵੇਂ ਹੀ ਲਿਖਿਆ ਜਾਏਗਾ 17 ਗ੍ਰਾਮ ਤਾਂ ਸਾਡਾ ਆਂਸਰ ਆਏਗਾ 6.017 6.017 6.017 ਆਂਸਰ ਆਏਗਾ ਬੱਚੇ ਨੈਕਸਟ ਦੇਖੋ 5/100 ਔਰ 6/1000 ਦੈਟ ਮੀਨ 6 ਇਹ ਤੀਜੇ ਦਸ਼ਮਲਵ ਤੇ ਲਿਖਣਾ ਹਜ਼ਾਰ ਮਤਲਬ ਤੀਜੇ ਦਸ਼ਮਲਵ ਤੇ ਲੋ ਲਿਖ ਦਿੰਦੇ ਆ ਜੀ ਔਰ 5 ਦੂਜੇ ਦਸ਼ਮਲਵ ਤੇ ਲਿਖਣਾ ਹੈ ਲੋ ਜੀ 5 ਦੂਜੇ ਦਸ਼ਮਲਵ ਤੇ ਲਿਖ ਦਿੰਦੇ ਆ ਤਾਂ ਸਾਡਾ ਆਂਸਰ ਆ ਗਿਆ 0.056 0.056 ਤਾਂ ਸਾਡਾ ਆਂਸਰ ਏ ਆਪਸ਼ਨ ਆ ਗਿਆ ਮੈਨੂੰ ਦੱਸੋ ਬੱਚਿਓ ਕੀ ਇਹ ਸਮਝ ਲੱਗ ਰਿਹਾ ਤਿੰਨ ਥੈਲੀਆਂ ਵਿੱਚ ਕ੍ਰਮਵਾਰ 48 ਕਿਲੋਗ੍ਰਾਮ 35.258 47.16 ਕਿਲੋਗ੍ਰਾਮ ਚਾਵਲ ਹਨ ਥੈਲੀਆਂ ਵਿੱਚ ਚਾਵਲ ਦਾ ਕੁੱਲ ਭਾਰ ਕਿੰਨਾ ਹੈ ਤਾਂ ਕੁੱਲ ਭਾਰ ਕਰਨਾ ਹੈ ਤਾਂ ਪਹਿਲੇ ਤਾਂ ਇਹਨਾਂ ਦੇ ਦਸ਼ਮਲਵ ਬਰਾਬਰ ਕਰੋ ਜਿਹੜਾ ਇਹ ਹੈ 48.000 35.258 ਔਰ 47.160 ਤਾਂ ਵਟ ਇਜ਼ ਦਾ ਟੋਟਲ ਵੇਟ ਇਹਦਾ ਟੋਟਲ ਵੇਟ ਕਰਨਾ ਹੈ ਅੱਛਾ ਇੱਕ ਨਾ ਬਾਏ ਆਪਸ਼ਨ ਦੇਖਿਆ ਕਰੋ ਚੀਜ਼ਾਂ ਬੜੀਆਂ ਆਸਾਨ ਹੋ ਜਾਂਦੀਆਂ ਹੁਣ ਬਾਏ ਆਪਸ਼ਨ ਦੇਖੋ 2 ਦੇ ਪਿੱਛੇ 418 ਲੱਗਿਆ ਹੋਇਆ ਠੀਕ ਹੈ ਔਰ 2 ਦੇ ਅੱਗੇ 130 ਲੱਗਿਆ ਹੋਇਆ ਦੈਟ ਮੀਨ ਦੋਵੇਂ ਚੀਜ਼ਾਂ ਆਉਣਗੀਆਂ 130 ਵੀ ਆਏਗਾ ਤੇ 418 ਵੀ ਆਏਗਾ ਤਾਂ ਆਂਸਰ ਇਹ ਵਾਲਾ ਆਏਗਾ ਚਾਹੇ ਤੁਸੀਂ ਚੈੱਕ ਕਰਕੇ ਦੇਖੋ ਜਦੋਂ ਇਹਨੂੰ ਕਰੋਗੇ ਤਾਂ ਉਹੀਓ ਬਣ ਜਾਏਗਾ ਤਾਂ ਕਈ ਵਾਰੀ ਨਾ ਐਗਜ਼ਾਮੀਨਰ ਦੇ ਮਾਈਂਡ ਦੇ ਨਾਲ ਖੇਲਣਾ ਹੁੰਦਾ ਵੀ ਐਗਜ਼ਾਮੀਨਰ ਨੇ ਕੀ ਸੋਚ ਕੇ ਇਹ ਕੁਐਸਚਨ ਬਣਾਇਆ ਉਹ ਸਾਨੂੰ ਕਿਹੜੀਆਂ ਗੱਲਾਂ 'ਚ ਕਨਫਿਊਜ਼ ਕਰਨਾ ਚਾਹੁੰਦਾ ਤਾਂ ਇਸ ਤਰ੍ਹਾਂ ਵੀ ਕੁਐਸਚਨ ਨੂੰ ਸੋਲਵ ਕੀਤਾ ਜਾ ਸਕਦਾ ਚਲੋ ਨੈਕਸਟ ਦੇਖਦੇ ਹਾਂ ਜੀ ਨੈਕਸਟ ਕੁਐਸਚਨ ਹਾਂਜੀ ਵਿਜੇ ਨੇ 20 ਕਿਲੋਗ੍ਰਾਮ ਸਬਜ਼ੀਆਂ ਖਰੀਦੀਆਂ ਵਿਜੇ ਨੇ 20 ਕਿਲੋਗ੍ਰਾਮ ਸਬਜ਼ੀਆਂ ਖਰੀਦੀਆਂ ਇਸ ਵਿੱਚ 6 ਕਿਲੋਗ੍ਰਾਮ ਪਿਆਜ਼ ਅਤੇ 5 ਕਿਲੋਗ੍ਰਾਮ 25 ਗ੍ਰਾਮ ਆਲੂ ਸੀ ਬਾਕੀ ਟਮਾਟਰਾਂ ਦਾ ਭਾਰ ਦੈਟ ਮੀਨ ਕੁੱਲ ਸਬਜ਼ੀਆਂ ਵਿੱਚੋਂ ਪਿਆਜ਼ ਤੇ ਆਲੂ ਮਾਈਨਸ ਕਰ ਦਈਏ ਤਾਂ ਟਮਾਟਰ ਰਹਿ ਜਾਣਗੇ ਤਾਂ ਦੇਖੋ ਹੁਣ ਵੀ ਦੇਖਿਆ ਜੋ ਬਾਏ ਆਪਸ਼ਨ ਆ ਦੇਖੋ 12, 11, 8, 8 ਤਾਂ 2 ਆਪਸ਼ਨ ਤੇ 8 ਲੱਗਿਆ ਹੋਇਆ ਦੈਟ ਮੀਨ ਆਂਸਰ ਇਹਨਾਂ 'ਚ ਹੋਏਗਾ ਔਰ ਇਹਦੇ ਪਿੱਛੇ 75, 25 ਆਪਾਂ ਨੂੰ ਨਜ਼ਰ ਆ ਰਿਹਾ ਸੀ ਦੈਟ ਮੀਨ 50 ਵਾਲਾ ਨਹੀਂ ਆਏਗਾ ਤਾਂ ਆਂਸਰ ਕਿਹੜਾ ਆਏਗਾ 3rd ਆਪਸ਼ਨ ਆਏਗਾ ਆਂਸਰ 3rd ਆਪਸ਼ਨ ਆਏਗਾ ਇਹ ਹੈ ਐਗਜ਼ਾਮੀਨਰ ਦੇ ਮਾਈਂਡ ਦੇ ਨਾਲ ਖੇਲਣਾ ਹੁਣ ਜੇ ਇਹਨੂੰ ਪੂਰਾ ਕਰਨਾ ਤਾਂ ਪੂਰਾ ਕੁਐਸਚਨ ਇਸ ਤਰ੍ਹਾਂ ਕੀਤਾ ਜਾਏਗਾ ਇਹਨਾਂ ਦੋਵਾਂ ਨੂੰ ਪਲੱਸ ਕਰ ਦਈਏ 6 ਤੇ 5, 11 750 ਗ੍ਰਾਮ ਤੇ 25 ਗ੍ਰਾਮ 775 ਗ੍ਰਾਮ ਇਹਨੂੰ 20 ਕਿਲੋ ਵਿੱਚ ਮਾਈਨਸ ਕਰ ਦਈਏ ਤਾਂ ਵੀ ਤੁਸੀਂ ਆਂਸਰ ਫਾਈਂਡ ਕਰ ਸਕਦੇ ਹੋ ਤਾਂ ਇਹੀ ਆਂਸਰ ਆਏਗਾ ਨੈਕਸਟ ਦੇਖੋ ਜਦੋਂ ਵੀ ਬੱਚੇ ਕੁਐਸਚਨ ਪੈਟਰਨ ਦਾ ਹੋਵੇ ਤਾਂ ਇੱਕ ਸੈੱਟ ਬਣ ਕੇ ਆਏਗਾ ਉਹ ਸੈੱਟ ਧਿਆਨ ਨਾਲ ਦੇਖਿਆ ਜੋ ਆਹ ਇੱਕ ਸੈੱਟ ਨਜ਼ਰ ਆਏਗਾ ਤੁਹਾਨੂੰ ਪਹਿਲੇ ਰੈਕਟੈਂਗਲ ਆਈ
ਫਿਰ ਸਟਾਰ ਆਇਆ, ਫਿਰ ਇਸ ਤਰ੍ਹਾਂ ਦਾ ਸਟਾਰ ਆਇਆ, ਫਿਰ ਇਹ ਸਨ ਟਾਈਪ ਆ ਗਿਆ। ਤਾਂ ਇਹੋ ਚੀਜ਼ ਦੁਬਾਰਾ ਆਏਗੀ। ਆ ਦੇਖੋ ਰੈਕਟੈਂਗਲ ਦੁਬਾਰਾ ਆ ਗਈ, ਸਟਾਰ ਆ ਗਿਆ, ਇਹ ਸ਼ੇਪ ਆ ਗਈ, ਹੁਣ ਇਹ ਵਾਲੀ ਸ਼ੇਪ ਆਏਗੀ। ਤਾਂ ਆਂਸਰ ਇਹ ਵਾਲਾ ਆਏਗਾ ਬੱਚੇ। ਬਿਲਕੁਲ ਆਸਾਨੀ ਦੇ ਨਾਲ, ਬੜੇ ਹੀ ਵਧੀਆ ਕੁਐਸਚਨ ਹੈ, ਬੜੀ ਆਸਾਨੀ ਨਾਲ ਕਰ ਪਾਓਗੇ ਬੱਚੇ। ਚਲੋ ਨੈਕਸਟ ਦੇਖਦੇ ਹਾਂ, ਪੈਟਰਨ ਦੇਖਦੇ ਹਾਂ। ਪੈਟਰਨ ਸਟਾਰ ਨੂੰ ਦੇਖਿਆ, ਜੋ ਇਹ ਸਟਾਰ ਪਹਿਲੇ ਇੱਥੇ ਲੱਗਿਆ ਹੈ, ਫਿਰ ਇਹ ਸਟਾਰ ਨਾ ਉੱਤੇ ਚਲਾ ਗਿਆ, ਇੱਥੇ ਜੀ ਕਰਕੇ ਇਹ ਸਟਾਰ ਇੱਥੇ ਚਲਾ ਗਿਆ, ਫਿਰ ਇਹ ਘੁੰਮ ਕੇ ਸਟਾਰ ਇੱਧਰ ਆ ਗਿਆ, ਹੁਣ ਇੱਥੋਂ ਦੀ ਸਟਾਰ ਫਿਰ ਨੀਚੇ ਜਾਏਗਾ, ਐਵੇਂ ਘੁੰਮ ਰਿਹਾ, ਠੀਕ ਹੈ। ਹੁਣ ਇੱਥੋਂ ਦੀ ਇਹ ਸਟਾਰ ਘੁੰਮ ਕੇ ਇੱਥੇ ਆ ਜਾਏਗਾ ਨੀਚੇ, ਇੱਥੇ ਜੀ ਕਰਕੇ। ਤਾਂ ਦੈਟ ਮੀਨ ਸਾਡਾ ਆਂਸਰ ਕੀ ਆਏਗਾ? ਫੋਰਥ ਆਪਸ਼ਨ ਆਏਗਾ ਬੱਚੇ। ਮੈਨੂੰ ਦੱਸਿਆ ਜੋ ਕਿ ਇਹ ਸਮਝ ਲੱਗਿਆ ਜਾਂ ਨਹੀਂ ਸਮਝ ਲੱਗਿਆ। ਨੈਕਸਟ ਦੇਖਦੇ ਹਾਂ ਬੱਚੇ, ਨੈਕਸਟ ਕੁਐਸਚਨ ਆ ਲਓ ਜੀ। ਲਓ ਜੀ ਲਓ, ਹਾਂਜੀ। ਤਾਂ ਬੱਚੇ ਨਮੂਨਾ ਸਮਝ ਕੇ ਖਾਲੀ ਥਾਂ ਪੜ੍ਹੋ, ਇਹ ਖਾਲੀ ਥਾਂ ਨੂੰ ਪੜ੍ਹੋ। ਬੇਟਾ ਏ ਬੀ ਸੀ ਡੀ ਤਾਂ ਲਿਖੀ ਹੋਈ ਹੈ, ਆਉਂਦੀ ਹੈ ਏ ਬੀ ਸੀ ਡੀ ਤਾਂ, ਆਹ ਲਓ ਏ ਬੀ ਸੀ ਡੀ ਈ ਐਫ ਜੀ ਐਚ ਆਈ, ਹੁਣ ਕੀ ਆਏਗਾ? ਜੇ ਕੇ ਐਲ, ਫਿਰ ਐਮ ਐਨ ਓ, ਤਾਂ ਦੈਟ ਮੀਨ ਸਾਡਾ ਆਂਸਰ ਕੀ ਆ ਗਿਆ? ਜੇ ਕੇ ਐਲ। ਇਸ ਤੋਂ ਬਾਅਦ ਨਮੂਨੇ ਨੂੰ ਅੱਗੇ ਵਧਾਓ, ਐਕਸਟੈਂਡ ਦਾ ਪੈਟਰਨ। ਹੁਣ ਇਹਨੂੰ ਨਾ ਐਵੇਂ ਸਮਝੋ ਵੀ ਆਹ ਜਿਵੇਂ ਘੜੀ ਹੋਵੇ, 12, 3, 6, 9। ਆਹ ਪਹਿਲੇ ਮੱਛੀ ਦਾ ਮੂੰਹ ਨਾ 9 ਵਜੇ ਵੱਲ ਹੈ, ਦੂਸਰੀ ਵਾਰ ਉੱਪਰ ਹੋ ਗਿਆ 12 ਵਜੇ ਵੱਲ, ਜਿਵੇਂ ਘੜੀ ਘੁੰਮਦੀ ਹੈ 12 ਤੇ, ਅਗਲੀ ਵਾਰੀ 3 ਤੇ ਆ ਗਿਆ। ਹੁਣ ਦੱਸਿਓ ਕਿੱਥੇ ਆਏਗਾ? ਕਿੱਥੇ ਆਏਗਾ? 6 ਤੇ ਆਏਗਾ, ਹੈ ਨਾ, ਇਹ ਮੂੰਹ ਨੀਚੇ ਨੂੰ ਆਏਗਾ। ਦੈਟ ਮੀਨ ਸਾਡਾ ਆਂਸਰ ਕੀ ਆ ਗਿਆ? ਸੈਕਿੰਡ ਆਪਸ਼ਨ ਆ ਗਿਆ। ਤਾਂ ਬੱਚਿਓ ਮੈਨੂੰ ਜ਼ਰੂਰ ਦੱਸਿਆ ਜੋ ਇਹ ਲੈਕਚਰ ਕਿਵੇਂ ਲੱਗਿਆ, ਤੇ ਤੁਹਾਡੇ ਲਈ ਇੱਕ ਕੁਐਸਚਨ, ਇੱਕ ਟ੍ਰਿਕ ਤੁਹਾਡੇ ਲਈ, ਦੇਖਿਆ ਜੋ ਬੱਚੇ। ਕਦੇ ਵੀ ਕਿਸੇ ਨੰਬਰ ਦਾ ਵਰਕ ਕਰਨਾ ਹੋਵੇ, ਜਿਵੇਂ 106 ਦਾ ਵਰਕ ਕਰਨਾ, ਤਾਂ ਬੜੀ ਬਹੁਤ ਆਸਾਨ ਹੈ। 106 100 ਨਾਲ ਕਿੰਨਾ ਵੱਧ ਹੈ? 6। ਇਹਦੇ 'ਚ 6 ਜੋੜੋ, ਪਿੱਛੇ 6 ਦਾ ਸਕੇਅਰ ਲਿਖ ਦਿਓ, ਹੋ ਗਿਆ, ਐਡਾ ਆਸਾਨ। ਜਿਵੇਂ 108 ਦਾ ਵਰਕ ਕਰਨਾ, 108 100 ਨਾਲ ਕਿੰਨਾ ਵੱਧ ਹੈ? 8। ਇਹਦੇ 'ਚ 8 ਜੋੜੋ, ਪਿੱਛੇ 8 ਦਾ ਵਰਕ ਲਿਖ ਦਿਓ। ਮੈਨੂੰ ਦੱਸਿਆ ਜੋ ਸਮਝ ਲੱਗੀ ਜਾਂ ਨਹੀਂ। ਜੇ 102 ਦਾ ਵਰਕ ਕਰਨਾ, 102 100 ਨਾਲ ਕਿੰਨਾ ਵੱਧ ਹੈ? 2। ਇਹਦੇ 'ਚ 2 ਜੋੜੋ, ਔਰ ਪਿੱਛੇ 2 ਦਾ ਵਰਕ ਲਿਖਣਾ ਹੈ ਪਿਛਲੇ 2 ਅੰਕਾਂ 'ਚ, 0, 4। ਤਾਂ ਮੈਨੂੰ ਦੱਸਿਆ ਜੋ ਇਹ ਟ੍ਰਿਕ ਕਿਵੇਂ ਲੱਗੀ। ਔਰ ਕਰਨਾ ਤੁਸੀਂ 107 ਦਾ ਵਰਗ, ਕਮੈਂਟ ਬਾਕਸ ਵਿੱਚ ਦੱਸਿਆ ਜੋ 107 ਦਾ ਵਰਗ ਕੀ ਹੋਏਗਾ। ਥੈਂਕ ਯੂ ਬੇਟਾ, ਥੈਂਕਸ ਅ ਲੋਟ।